ਤੁਹਾਡਾ ਸਵਾਲ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਮਿਲਣ ਦਾ ਤਰੀਕਾ ਦੱਸੋ। ਇਹਦਾ ਜਵਾਬ ਬੜਾ ਸਧਾਰਨ ਜਿਹਾ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਨੂੰ ਮਿਲਣ ਲਈ ਇੱਕ ਅੰਦਰ ਤਾਂਘ ਹੋਵੇ ਪੂਰੀ, ਅਤੇ ਦੂਸਰਾ ਵਾਹਿਗੁਰੂ ਸਿਮਰਨ ਕਰੀਏ। ਉਸ ਤੋਂ ਬਾਅਦ ਇਹ ਸਵਾਲ ਵੀ ਆਪਣੇ ਆਪ 'ਚ ਇਹਨੇ ਚੇਂਜ ਹੋ ਜਾਣਾ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋਈ ਵਿਅਕਤੀ ਤੇ ਹੈ ਨਹੀਂ ਜਿਨ੍ਹਾਂ ਨੂੰ ਜਾ ਕੇ ਉਸ ਤਰ੍ਹਾਂ ਆਪਾਂ ਮਿਲ ਲੈਣਾ ਹੈ, ਜਾਂ ਆਪਾਂ ਨੂੰ ਮਹਾਰਾਜ ਇੱਕ ਵਾਰੀ ਸੁਪਨੇ ਦੀ ਤਰ੍ਹਾਂ ਦਰਸ਼ਨ ਦੇ ਦੇਣ ਤੇ ਉਹ ਮੇਲ। ਇਹ ਸੁਰਤੀ ਦਾ ਮਹਿਸੂਸ ਕਰਨਾ ਹੁੰਦਾ ਹੈ ਅੰਦਰੋਂ, ਕਿਵੇਂ ਸਤਿਗੁਰੂ ਜੀ ਆਪਣੀ ਆਪ ਨੂੰ ਪ੍ਰਗਟਾਉਂਦੇ। ਹਰ ਕਿਸੇ ਦਾ ਵੱਖਰਾ ਆਪਣਾ ਕੰਮ ਏ। ਇੱਕ ਅੰਦਰ ਤੀਬਰ ਤਾਂਘ ਹੋਵੇ ਤੇ ਦੂਸਰਾ ਅਮਲ ਵਿੱਚ ਵਾਹਿਗੁਰੂ ਵਾਹਿਗੁਰੂ ਕਰੀਏ। ਜੇ ਸਿਮਰਨ ਕਰਦੇ ਨਹੀਂ ਕੱਲੀ ਤਾਂਘ ਤਾਂ ਵੀ ਕੁਛ ਨਹੀਂ ਹੋਣਾ, ਤੇ ਜੇਕਰ ਤਾਂਘ ਨਹੀਂ ਉਹਦੇ ਸਿਮਰਨ ਕਰ ਰਹੇ ਹਾਂ ਚਲੋ ਠੀਕ ਹੈ ਫਿਰ ਵੀ ਨਹੀਂ। ਸੋ ਤਾਂਘ ਤੇ ਅਮਲੀ ਤੌਰ ਤੇ ਸਿਮਰਨ ਕਰਕੇ ਅਰਦਾਸ ਕਰਨੀ ਚਾਹੀਦੀ। ਮਹਾਰਾਜ ਜੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਝੁਕੇ ਰਹੀਏ। ਜੇਕਰ ਕੋਈ ਤੁਹਾਡੇ ਸਵਾਲ ਹੋਣ ਤੇ ਸਾਨੂੰ ਜ਼ਰੂਰ ਥੱਲੇ ਲਿਖ ਕੇ ਭੇਜਣਾ ਤਾਂ ਕਿ ਉਹਨਾਂ 'ਤੇ ਅਸੀਂ ਵਿਚਾਰ ਕਰ ਸਕੀਏ।